ਅਸਲਾਮ ਅਲੈਕਮ ਪੰਜਾਬੀ ਟੋਕ ਦੀ ਕੋਰ ਕਿਸ ਦੇ ਨਾਲ ਤੁਹਾਡੇ ਨਾਲ ਹਾਜ਼ਰ ਹਾਂ ਅਤੇ ਅੱਜ ਦੀ ਕਹਾਵਤ ਜਿਹੜੀ ਮੈਂ ਪੁੱਛਣ ਜਾ ਰਿਹਾ ਉਹ ਹੈ ਉਹ ਦਿਨ ਡੁੱਬਾ ਜਿਹੜੇ ਘੋੜੀ ਚੜਿਆ ਕੁੱਬਾ। ਚਲੋ ਵੇਖਦੇ ਹਾਂ ਕਿਸ ਕਿਸੇ ਨੇ ਇਸ ਕਹਾਵਤ ਦਾ ਜੀ ਇਸ ਪਾਸੇ ਜਨਾਬ ਅਸਲੀ ਬੜ ਤਾਂ ਪੱਟੀ ਤੁਹਾਡੇ ਸਾਹਮਣੇ ਹਨ, ਤੁਸੀਂ ਇਹ ਫਿਲਮਾਂ 'ਚ ਬੜ ਤਾਂ ਪੱਟੀ ਵੇਖਿਆ ਹੋਣਾ, ਲੇਕਿਨ ਇਸ ਟਾਈਮ ਮੇਰੇ ਸਾਹਮਣੇ ਹਨ ਬੜ ਤਾਂ ਪੱਟੀ ਜਨਾਬ ਦੋਏ। ਹਾਂਜੀ ਬੜ ਸਾਹਿਬ ਠੀਕ ਠਾਕ ਹੋ? ਚਲੋ ਜ਼ਰਾ ਇੱਕ ਕਹਾਵਤ ਦੱਸੋ, ਉਹ ਦਿਨ ਡੁੱਬਾ ਜਿਲੇ ਘੋੜੀ ਚੜਿਆ ਕੁੱਬਾ। ਉਹ ਦਿਨ ਡੁੱਬਾ ਜਿਲੇ ਘੋੜੀ ਚੜਿਆ ਕੁੱਬਾ। ਮਤਲਬ ਕੀ ਹੈ? ਇਹਦਾ ਮਤਲਬ ਕੀ ਹੈ? ਉਹ ਦਿਨ ਹੀ ਨਹੀਂ ਹੋ ਸਕਦਾ, ਮਗਰ ਉਹ ਚੀਜ਼ ਹੋ ਹੀ ਨਹੀਂ ਸਕਦੀ ਜਿਹੜੀ ਚੀਜ਼ ਨਾਮੁਮਕਿਨ ਹੋਵੇ, ਤੇ ਉਹਨੂੰ ਤੁਸੀਂ ਮਗਰ ਉਹਨੂੰ ਤੁਸੀਂ ਮਸਾਲੇ ਤੌਰ ਤੁਸੀਂ ਇਸਤੇਮਾਲ ਕਰਦੇ ਹੁੰਦੇ ਆ ਕਿ ਉਹ ਦਿਨ ਡੁੱਬਿਆ ਜਿਸ ਦਿਨ ਉਹ ਚੜਿਆ ਜਿਲੇ ਘੋੜੀ ਚੜਿਆ ਕੁੱਬਾ, ਇਹਦਾ ਕੀ ਮਤਲਬ ਹੈ? ਇੱਕ ਐਗਜ਼ਾਮਪਲ ਵੀ ਦਿਓ ਇਹਦੇ ਨਾਲ। ਹੋ ਸਕਦਾ ਕਿ ਸ਼ਾਦੀ ਦਾ ਹੋਵੇ। ਹਾਂਜੀ ਸ਼ਾਦੀ ਹੋ ਸਕਦੀ। ਨਹੀਂ ਮਲਿਕ ਸਾਹਿਬ, ਇਹ ਕਹਾਵਤ ਸ਼ਾਦੀ ਬਾਰੇ 'ਚ ਵੀ ਹੋ ਸਕਦੀ ਹੈ, ਜੇ ਲਾੜੇ ਦੇ ਪੱਲੇ ਕੋਈ ਨਾ ਹੋਵੇ ਫਿਰ ਤੁਸੀਂ ਆਖ ਸਕਦੇ ਹੋ ਉਹ ਦਿਨ ਡੁੱਬਾ ਜਿਲੇ ਘੋੜੀ ਚੜਿਆ ਕੁੱਬਾ। ਇਹਦਾ ਮਤਲਬ ਵੀ ਦੱਸੋ ਅਤੇ ਇਹਦਾ ਇਸਤੇਮਾਲ ਵੀ ਦੱਸੋ ਜੀ। ਮੈਂ ਸਮਝਿਆ ਉਹ ਮੇਰੀ ਨਜ਼ਰ 'ਚ ਇਹ ਹੈਗੀ ਹੈ ਕਿ ਬਾਜ਼ ਔਕਾਤ ਇੱਕ ਬੰਦਾ ਅਹਿਲ ਨਹੀਂ ਹੁੰਦਾ ਅਤੇ ਉਹ ਦੂਸਰਿਆਂ ਦੇ ਕੀੜੇ ਕੱਢ ਰਿਹਾ ਹੁੰਦਾ ਹੈ, ਔਰ ਉਹ ਸ਼ਾਇਦ ਉਹਦੇ ਜ਼ਿਹਨ ਦੇ ਵਿੱਚ ਕਿਤੇ ਗੱਲ ਹੋਵੇ ਕਿ ਮੈਂ ਉਹ ਅਹੁਦਾ ਹਾਸਲ ਕਰ ਲਵਾਂਗਾ ਜਾਂ ਉਹ ਮੁਕਾਮ ਹਾਸਲ ਕਰ ਲਵਾਂਗਾ ਜਿਹਦੀ ਵਜ੍ਹਾ ਤੋਂ ਕੀੜੇ ਕੱਢ ਰਿਹਾ ਹੁੰਦਾ ਹੈ, ਅਤੇ ਫਿਰ ਲੋਕ ਉਹਦੇ 'ਤੇ ਇਹ ਕਰਦੇ ਨੇ ਕਿ ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ। ਹਾਂਜੀ ਵੈਰੀ ਗੁੱਡ ਤਾਰਿਕ।